श्रोमणी अकाली दल के प्रधान सुखबीर बादल अज संगरूर विखे किसानों लई अपनी पार्टी वर्कर अते लीडरां नूं मिलन लई पुजे, लेकिन उन्होंने संगरूर पुजन तो पहला ही सिख संगतां दे वल्लों काले झंडे दिखा के सुखबीर बादल का विरोध कर दिता। देखो संगरूर तो टोनी शर्मा की रिपोर्ट। जिहड़ा बादल परिवार है ये सिख कौम का दोषी है। अज जिहड़ा सुखबीर सिंह बादल किसानां नूं गुमराह करके धन श्री गुरु ग्रंथ साहिब जी दे दोषियों नूं लुको के उन्हां दे उपर परचे तां दर्ज की करवाउणे सी, उल्टा अज दुबारा फिर वह गुरद्वारा साहिबाना दे विच उन्हें अपनियां सियासी मीटिंगां करनियां शुरू कर दित्तियां ने। असीं बादल परिवार नूं गुरद्वारा साहिबाना दे विच सियासी रोटियां नहीं सेकण देवांगे। ਪਹਿਲਾਂ ਵੀ ਤੁਹਾਡੇ ਤੇ ਪ੍ਰੋਟੈਸਟ ਕੀਤੇ ਨੇ, ਪਰਚੇ ਦਰਜ ਕੀਤੇ ਸੀਗੇ ਜਦੋਂ ਸੁਖਵੀਰ ਨੂੰ ਘੇਰਿਆ ਸੀਗਾ। ਪਹਿਲਾਂ ਵੀ ਅਸੀਂ ਸੁਖਵੀਰ ਬਾਦਲ ਨੂੰ ਫਿੱਟੇ ਲਾਣਤ ਦੇਣ ਵਾਸਤੇ ਆਏ ਸੀ ਕਿ ਸ਼ਰਮ ਕਰੋ, ਤੁਸੀਂ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਹੋ, ਤੁਹਾਡੀ ਸਰਕਾਰ ਦੇ ਵੇਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਨੇ, ਤੁਹਾਡੇ ਨਾਲ ਸਰਸੇ ਵਾਲਿਆਂ ਦੀ ਸਾਂਝ ਹੈ, ਉਹ ਗੱਲ ਹੈਗੀ ਹੈ ਜਿਹੜੀ ਜੱਗ ਜ਼ਾਹਰ ਹੋ ਚੁੱਕੀ ਹੈ। ਤੁਸੀਂ ਡੇਰਾ ਸਿਰਸਾ ਸਾਹਿਬ ਦੇ ਡੇਰੇ ਦੇ ਵਿੱਚ ਜਾ ਕੇ ਵੋਟਾਂ ਮੰਗੀਆਂ ਨੇ, ਤੁਸੀਂ ਅਕਾਲ ਤਖਤ ਸਾਹਿਬ ਦੇ ਦੋਖੀ ਹੋ, ਤੁਹਾਨੂੰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੜਨ ਦਾ ਕੋਈ ਅਧਿਕਾਰ ਨਹੀਂ। ਉਦੋਂ ਵੀ ਅਸੀਂ ਇਹਨਾਂ ਨੂੰ ਇਸੇ ਤਰ੍ਹਾਂ ਫਿੱਟੇ ਲਾਣ ਤੇ ਦੇਣ ਵਾਸਤੇ ਆਏ ਸੀ, ਪਰ ਸਾਡੇ ਉੱਤੇ ਆਹ ਜਿਵੇਂ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ, ਆਹ ਸਾਡੇ ਸ਼ਾਸਤਰ ਸਾਡਾ ਚਿੰਨ੍ਹ ਨੇ, ਸੋ ਸਾਡੇ ਉੱਤੇ ਇਹਨਾਂ ਨੇ 307 ਦੇ ਝੂਠੇ ਪਰਚੇ ਪਵਾਏ ਜਿਹੜੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸੇਵਾ ਕਰਨ ਵਾਲੇ ਦੇ ਵਿੱਚ ਸੇਵਾ ਕਰਨ ਵਾਲੇ